ਸਤਿ ਸ਼੍ਰੀ ਅਕਾਲ ਜੀ। ਅੱਜ ਆਪਣੇ ਕੋਲ ਪਹਿਰਾ ਹੈਗਾ ਜੀ, ਪਿੰਗਲਵਾੜਾ ਸੁਸਾਇਟੀ ਵੱਲੋਂ ਛਪਾਇਆ ਗਿਆ ਪਹਿਰਾ ਹੈਗਾ ਮਾਘੀ ਦੇ ਮੇਲੇ 'ਤੇ ਮੁਕਤਸਰ ਸਾਹਿਬ ਵਿੱਚ। ਇਹ ਉਹਨਾਂ ਨੇ ਫ੍ਰੀ ਵੰਡੇ ਸੀਗੇ, ਉੱਥੋਂ ਸਾਡਾ ਕੋਈ ਸਟੂਡੈਂਟ ਗਿਆ ਸੀ ਮੇਲੇ ਵਿੱਚ, ਉਹ ਲੈ ਕੇ ਆਇਆ ਕਾਫੀ ਕੁਛ, ਵਿੱਚੋਂ ਸਿੱਖਣ ਵਾਲਾ ਸੀਗਾ, ਵਰਡ ਕਾਫੀ ਸੀਗੇ। ਮੈਂ ਕਿਹਾ ਚੱਲ ਤੁਹਾਡੇ ਨਾਲ ਵੀ ਸਾਂਝੇ ਕੀਤੇ ਜਾਣ। ਟੌਪਿਕ ਹੈਗਾ ਪੰਜਾਬ ਦੇ ਪਿੰਡਾਂ ਦਾ ਬੀਤਿਆ ਕੱਲ੍ਹ ਅਤੇ ਅੱਜ, ਠੀਕ ਹੈ, ਉਹਦੇ ਬਾਰੇ ਪਹਿਰਾ ਹੈਗਾ। ਲਿਖੋ ਜੀ, ਪੰਜਾਬ ਦਾ ਮੁੱਢੋਂ ਅੱਜ ਤੱਕ ਸਤਲੁਜ ਨਦੀ ਨਾਲ ਗੂੜਾ ਸੰਬੰਧ ਰਿਹਾ ਹੈ। ਡੰਡਿੰਗ ਉੱਚੇ ਉੱਚੇ ਪਹਾੜਾਂ 'ਚੋਂ ਦੇ ਹੁੰਦੀ ਹੋਈ ਅਤੇ ਫਿਰ ਨੀਵੀਆਂ ਪਹਾੜੀਆਂ ਦੇ ਪਸਾਰ ਨੂੰ ਪਾਰ ਕਰਕੇ ਮੈਦਾਨਾਂ 'ਚ ਵਗ ਰਹੇ ਇਸ ਨਦੀ ਦੇ ਵਹਾਅ ਨਾਲੋਂ ਇਸ ਦਾ ਕਿਧਰੇ ਵੱਧ ਵਿਸ਼ਾਲ ਪਾਟ ਹੈ। ਡੰਡਿੰਗ ਅੱਜ ਭਾਵੇਂ ਇਹ ਨਦੀ ਖੁਸ਼ਕੀ ਨਾਲ ਜੂਝਦੇ ਹੋਏ ਵਗ ਰਹੀ ਹੈ, ਪਰ ਇਸਦਾ ਚੌੜਾ ਪਾਟ ਦਰਸਾ ਰਿਹਾ ਹੈ ਕਿ ਪੁਰਾਣੇ ਵੇਲਿਆਂ 'ਚ ਇਸ ਦਾ ਜਲ ਦਾ ਜੋਸ਼ੀਲਾ ਵਹਾਅ ਸੀ। ਡੰਡਿੰਗ ਇਹ ਨਦੀ ਹਿਮਾਲਿਆ ਦੇ ਉੱਤਰ 'ਚੋਂ ਜਨਮ ਲੈ ਕੇ ਅਤੇ ਪਹਾੜੀ ਧਰਾਵਾਂ ਚੀਰਦੀ ਹੋਈ ਮੈਦਾਨਾਂ ਵਿੱਚ ਪ੍ਰਵੇਸ਼ ਕਰ ਰਹੀ ਹੈ। ਡੰਡਿੰਗ ਸੰਸਾਰ ਦੇ ਹੋਰ ਕੋਈ ਨਦੀ ਇੰਨੀਆਂ ਪਹਾੜੀ ਰੇਂਜਾਂ 'ਚੋਂ ਹੁੰਦੇ ਹੋਏ ਨਹੀਂ ਵਗ ਰਹੇ। ਡੰਡਿੰਗ ਜਿਵੇਂ ਅੱਜ ਇਹ ਨਦੀ ਹਫਦੇ ਹੋਏ ਵਗ ਰਹੀ ਹੈ, ਕੁਝ ਕੁ ਇਹੋ ਜਿਹਾ ਹਾਲ ਉਸ ਸੱਭਿਆਚਾਰ ਦਾ ਅੱਜ ਹੋ ਗਿਆ ਜਿਹੜਾ ਇਸ ਦੁਆਲੇ ਪ੍ਰਫੁੱਲਤ ਹੁੰਦਾ ਰਿਹਾ ਸੀ। ਡੰਡਿੰਗ ਅੱਜ ਤੋਂ ਕਰੋੜਾਂ ਵਰ੍ਹੇ ਪਹਿਲਾਂ ਨਾ ਪੰਜਾਬ ਸੀ ਅਤੇ ਨਾ ਹੀ ਇਹ ਨਦੀ ਸੀ। ਡੰਡਿੰਗ ਤਦ ਹਿਮਾਲਿਆ ਪਹਾੜ ਵੀ ਹਾਲੇ ਟੈਸਥ ਸਾਗਰ 'ਚੋਂ ਉੱਭਰ ਰਿਹਾ ਸੀ। ਡੰਡਿੰਗ ਇਸ ਪਹਾੜ ਦੇ ਨੰਗੀ ਹੋ ਰਹੇ ਵੱਖੇ ਦੇ ਉੱਤਰੇ ਫਾਂਕ ਦੇ ਅਗਾਂਹ ਚੱਲ ਕੇ ਪੰਜਾਬ ਵਜੋਂ ਪਛਾਣ ਹੋਏ। ਡੰਡਿੰਗ ਇਸ ਖੇਤਰੀ ਫਾਕ ਲੱਗਦੀਆਂ ਪਹਾੜੀ ਢਲਾਵਨਾਵਾਂ ਤੋਂ ਤੇਜ਼ ਰਿੜਦਾ ਵਰਖਾ ਦਾ ਪਾਣੀ ਉਰਵਰਤਾ ਨਾਲ ਭਰਪੂਰ ਮਲਬਾ ਲਪੇਟ ਸਮੇਟ ਥੱਲੇ ਉੱਚੇ ਨੀਵੇਂ ਦਲਦਲੇ ਪਸਾਰ ਨੂੰ ਪਠਾਰ 'ਚ ਬਦਲ ਰਿਹਾ। ਡੰਡਿੰਗ ਅਜਿਹਾ ਲੱਖਾਂ ਵਰ੍ਹੇ ਹੁੰਦਾ ਰਿਹਾ। ਡੰਡਿੰਗ ਛੇਕੜ ਇਹ ਪਠਾਰ ਰੁੱਖਾਂ ਝਾੜਾਂ ਦੇ ਹਰਿਆਵਲ ਨਾਲ ਲੈ ਲਹਾਉਣ ਲੱਗ ਪਿਆ, ਜਿਸ 'ਚ ਸਮੇਂ ਨਾਲ ਜੰਗਲੀ ਜੀਵਾਂ ਦੇ ਬਹੁ ਵਨਗੇ ਨੇ ਡੇਰੇ ਲਾ ਲਏ। ਡੰਡਿੰਗ ਛੇਕੜ ਦੇ ਹਮ ਯੁੱਗ ਉਪਰੰਤ ਇੱਥੇ ਮਨੁੱਖ ਦੇ ਪੈਰ ਪਏ, ਜਿਸ ਦਾ ਅਫਰੀਕਾ ਵਿਖੇ ਵਿਕਾਸ ਹੋਇਆ ਸੀ। ਡੰਡਿੰਗ ਜਿਹੜਾ ਮਨੁੱਖ ਇੱਥੇ ਆ ਕੇ ਵਸਿਆ, ਸ਼ਿਕਾਰ ਕਰਕੇ ਪੇਟ ਭਰਨ ਦੇ ਨਾਲ ਨਾਲ ਉਸ ਨੇ ਕਾਸ਼ਤ ਕਰਨੀ ਵੀ ਆਰੰਭ ਕਰ ਦਿੱਤੀ। ਡੰਡਿੰਗ ਤਦ ਅਪਣਾਇਆ ਗਿਆ ਇਹ ਰੁਝੇਵਾਂ ਪੰਜਾਬੀਆਂ ਨਾਲ ਭਲੀ ਪ੍ਰਕਾਰ ਨਿਭਿਆ, ਜਿਸ ਲਈ ਉਚਿਤ ਵਾਤਾਵਰਣ ਇੱਥੇ ਸਦਾ ਰਿਹਾ। ਡੰਡਿੰਗ ਇੱਥੇ ਭੂਮੀ ਉੱਪਰ ਵੀ ਪਾਣੀ ਸੀ, ਇਸ ਦੇ ਥੱਲੇ ਵੀ ਪਾਣੀ ਸੀ ਅਤੇ ਵਗਦੀਆਂ ਨਦੀਆਂ ਦੇ ਤੁਫੈਲ ਇੱਥੇ ਉਰਵਰ ਮਿੱਟੇ ਲੱਖਾਂ ਵਰ੍ਹਿਆਂ ਵਧੇ ਖਿਲਰਦੇ ਰਹੇ ਸੀ। ਡੰਡੀ ਹਾਂਜੀ, ਇਹ ਪਹਿਰਾ, ਇਹਦੀ ਫੋਟੋ, ਮੇਰਾ ਨੰਬਰ ਤੁਹਾਨੂੰ ਦਿੱਤਾ ਹੋਇਆ, ਉਸ ਨੰਬਰ 'ਤੇ ਵਟਸਐਪ ਨੰਬਰ 'ਤੇ ਮੈਨੂੰ ਮੈਸੇਜ ਕਰਨਾ, ਨਾਲੇ ਤੁਹਾਨੂੰ ਮੈਂ ਗਰੁੱਪ ਵਿੱਚ ਐਡ ਕਰ ਦੂੰਗਾ। ਆਪਣਾ ਪੰਜਾਬੀ ਸ਼ੋਰਟ ਹੈਂਡ ਦਾ, ਇੰਗਲਿਸ਼ ਦਾ, ਸਾਰਿਆਂ ਦਾ ਗਰੁੱਪ ਬਣੇ ਹੋਏ ਆ, ਜੋ ਅਸੀਂ ਇੱਥੇ ਆਫਲਾਈਨ ਸਾਡੇ ਸਟੂਡੈਂਟਾਂ ਨੂੰ ਲਿਖਾਉਂਦੇ ਹਾਂ ਉਹੀ ਤਾਂ ਰਿਕਾਰਡ ਕਰਕੇ ਅਸੀਂ ਤੁਹਾਨੂੰ ਵੀ ਸੈਂਡ ਕਰਦੇ ਹਾਂ, ਠੀਕ ਹੈ। ਇਸ ਚੈਨਲ 'ਤੇ ਇਹਦੀ ਪਲੇਲਿਸਟ ਵਿੱਚ ਚਲੇ ਜਾਣਾ, ਸਾਰਾ ਮੈਟਰ ਕਰ ਲਓ ਜੇ ਨੌਕਰੀ ਲੱਗਣਾ ਤਾਂ, ਠੀਕ ਆ। ਜੋ ਕੁਛ ਇੱਥੇ ਹੋ ਰਿਹਾ ਪਿਛਲੇ 7 ਸਾਲਾਂ ਦਾ ਡਾਟਾ ਉਹਦੇ ਵਿੱਚ ਅਸੀਂ ਅਪਲੋਡ ਕੀਤਾ ਹੋਇਆ, ਠੀਕ ਆ, ਉਹ ਕਰੋ, ਨੌਕਰੀ ਫਿਰ ਮਿਲਣੀ ਆ ਉਹਦੇ 'ਚ, ਵੇਖੋ ਤੂੰ ਤੁਹਾਨੂੰ ਕੀ ਨਹੀਂ ਆਉਂਦਾ ਉਹ ਕਰਨਾ ਪੈਣਾ ਅਤੇ ਫਿਰ ਆਪਾਂ ਨੂੰ ਜੋਬ ਮਿਲਣੀ ਆ। ਬਟ ਠੀਕ ਹੈ ਜੀ, ਇਸ ਪੇਜ ਨੂੰ ਮੈਂ ਇਸੇ ਵਟਸਐਪ ਨੰਬਰ 'ਤੇ ਸੈਂਡ ਕਰੂੰਗਾ, ਉਸ ਗਰੁੱਪ ਨਾਲ ਤੁਸੀਂ ਐਡ ਹੋ ਜਾਓ ਜਲਦੀ ਜਲਦੀ, ਠੀਕ ਹੈ ਜੀ। ਥੈਂਕ ਯੂ ਜੀ।